बीते दिनों अलग अलग शहरों में कुत्तों के काटने की घटनाएं सामने आई हैं और लोगों में दहशत का माहौल देखा जा रहा है। आवारा कुत्तों की दहशत से लुधियाना भी नहीं बचा है। यहां पर आवारा कुत्ते और पशु इतनी भारी तादाद में सड़कों पर घूम रहे हैं कि लोगों का वहां से निकलना मुश्किल हो जाता है, और जो बच्चे स्कूल पढ़ने को जाते हैं वे भी स्कूल जाने से डरते हैं। तुसी देख रहे हो लुधियाना स्मार्ट सिटी दे हाल है। यह 32 सैक्टर जिहड़ा पोश एरिया है उहदा राह पैंदा इहनू इत्थे गावां जिहनू कहिंदे गऊ माता। हाल देखो इत्थे किन्ने डंगर किन्ने आवारा कुत्ते फिरदे आ। प्रशासन गल्लां करदे आ वड्डियां वड्डियां, पर अपना ध्यान किहड़े पासे जा रिहा। असीं अग्गे वी कई वारी इहदा ध्यान लाया पर कोई सुनवाई नहीं। अज असीं मीडिया दे रूथबरू अपने भरावां दे रूथबरू चाहुंदे आ वी इहदा ध्यान दित्ता जावे, इहनां डंगरां वास्ते कोई जगह बनाई जावे। इहदे करके एक्सीडेंट हो रहे हैं। थोड़े दिन पहले इत्थे रोड ते इन्ना भयानक एक्सीडेंट होया, दो डंगर लड़ रहे सी, ਉਹਨਾਂ ਦੇ ਵਿੱਚ ਇੱਕ ਬੱਚਾ ਆ ਕੇ ਮੋਟਰਸਾਈਕਲ ਤੋਂ ਡਿੱਗ ਪਿਆ। ਇਹਦਾ ਜ਼ਿੰਮੇਵਾਰ ਕੌਣ? ਇੱਥੇ ਹਾਲਾਤ ਇੰਨੇ ਕਿ ਦਹਿਸ਼ਤ ਆ ਜਾਨਵਰਾਂ ਦੀ ਵੀ, ਆਉਣ ਜਾਣ ਵਾਲਿਆਂ ਦੇ ਕਈ ਐਕਸੀਡੈਂਟ ਹੁੰਦੇ ਆ, ਕਈ ਤਰ੍ਹਾਂ ਦੇ ਬੱਚਿਆਂ ਨੂੰ ਜਾਨ ਮਾਲ ਦਾ ਖਤਰਾ ਵਾ। ਔਰ ਪ੍ਰਸ਼ਾਸਨ ਨੂੰ ਮੈਂ ਬੇਨਤੀ ਲਾਉਣਾ ਚਾਹੁੰਦਾ ਵਾਂ, ਸਿਹਤ ਵਿਭਾਗ ਨੂੰ, ਵੀ ਇਹਨਾਂ ਪਸ਼ੂਆਂ ਨੂੰ ਇਹਨਾਂ ਨੂੰ ਕਿਤੇ ਜਿੱਥੇ ਗਊਸ਼ਾਲਾ ਵਾ ਜਾਂ ਜਿੱਥੇ ਵੀ ਇਹ ਜਾਨਵਰਾਂ ਨੂੰ ਉੱਥੇ ਇਹਨਾਂ ਦੀ ਸਹੂਲਤ ਨਾਲ ਉੱਥੇ ਸ਼ਹਿਰ ਨੂੰ ਸਾਫ ਸਫਾਈ ਤਰ੍ਹਾਂ ਕਰਕੇ ਇਹਨਾਂ ਨੂੰ ਉੱਥੇ ਪਹੁੰਚਾਇਆ ਜਾਵੇ। ਔਰ ਲੁਧਿਆਣੇ ਨੂੰ ਜਿਹੜਾ ਸਮਾਰਟ ਸਿਟੀ ਬਣਾਉਣਾ ਵਾ ਉਹਦੇ ਵਿੱਚ ਪ੍ਰਸ਼ਾਸਨ ਨੂੰ ਬਹੁਤ ਹੀ ਖਾਸ ਤੌਰ 'ਤੇ ਇੱਧਰ ਧਿਆਨ ਦੇਣਾ ਚਾਹੀਦਾ। ਬੇਨਤੀ ਕਰਦਾ ਇਸ ਨਗਰ ਨਿਗਮ ਜਾਂ ਜਿਹੜੇ ਇਸ ਦਾਇਰੇ ਦੇ ਅਫਸਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਡੰਗਰਾਂ ਨੂੰ ਕਿਤੇ ਜਗ੍ਹਾ ਦੇ ਉੱਤੇ ਰੱਖਿਆ ਜਾਵੇ ਜਾਂ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ, ਜਾਂ ਜਿਹੜੇ ਵਾਰਾ ਕੁੱਤੇ ਫਿਰਦੇ ਨੇ ਇਹਨਾਂ ਨੂੰ ਕਿਸੇ ਪਾਸੇ ਲਗਾ ਕੇ ਸਾਡਾ ਜਿਹੜਾ ਸਮਾਰਟ ਸਿਟੀ ਆ ਉਹਦੀ ਦਿੱਖ ਬਣਾਈ ਜਾਵੇ। ਔਰ ਜਿਹੜਾ ਲੁਧਿਆਣਾ ਸ਼ਹਿਰ ਆ ਸਾਡਾ ਇੱਕ ਇੰਡਸਟਰੀਅਲ ਸਿਟੀ ਆ, ਇਹਨੂੰ ਵਧੀਆ ਤੋਂ ਵਧੀਆ ਦਿੱਖ ਬਣਾ ਕੇ ਔਰ ਇਹਨਾਂ ਚੀਜ਼ਾਂ 'ਤੇ ਕਾਬੂ ਕਰਕੇ ਅਸੀਂ ਆਪਣੇ ਅਫਸਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਇਸ ਚੀਜ਼ ਦਾ ਉਪਰਾਲਾ ਕਰਕੇ ਇਹਨੂੰ ਸਹੀ ਕੀਤਾ ਜਾਵੇ। ਕੁੱਤੋਂ ਕੀ ਨਸਬੰਦੀ ਕੇ ਲੀਏ ਬਣਾਏ ਗਏ ABC ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਕੇ ਡਾਕਟਰ VP ਸਿੰਘ ਸੇ ਬਾਤ ਕੀ ਤੋ ਉਨ੍ਹੋਂਨੇ ਕਿਹਾ ਕਿ ਪੰਜਾਬ ਮੇਂ ਯੇ ਪਹਿਲਾ ਪ੍ਰੋਜੈਕਟ ਹੈ ਜਹਾਂ ਪਰ ਕੁੱਤੋਂ ਕੀ ਜਨਸੰਖਿਆ ਕੰਟਰੋਲ ਕਰਨੇ ਕੇ ਲੀਏ ਇਨਕੀ ਨਸਬੰਦੀ ਕੀ ਜਾ ਰਹੀ ਹੈ। ਦੇਖੋ ਜੀ, ਜਿਹੜੀ ਡੋਗਸ ਦੀ ਪੋਪੂਲੇਸ਼ਨ ਹੈ ਇਹਨਾਂ ਨੂੰ ਐਜ਼ ਪਰ ਐਕਟ ਡੋਗਸ ਨਾ ਤਾਂ ਇਹਨਾਂ ਨੂੰ ਮਾਰ ਸਕਦੇ ਹਾਂ ਨਾ ਇਹਨਾਂ ਨੂੰ ਡਿਸਪਲੇਸ ਕਰ ਸਕਦੇ ਹਾਂ। ਓਨਲੀ ਸਟਰਲਾਈਜੇਸ਼ਨ ਹੈ, ਨਸਬੰਦੀ ਹੈ ਜੋ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਪਿਛਲੇ 2 ਸਾਲਾਂ ਤੋਂ ਕੀਤੀ ਜਾ ਰਹੀ ਹੈ। ਔਰ ਅਸੀਂ ਲਗਭਗ ਸ਼ਹਿਰ ਦੇ 30,000 ਤੋਂ ਵੱਧ ਜਿਹੜੇ ਅਵਾਰਾ ਡੋਗਸ ਨੇ ਉਹਨਾਂ ਦੀ ਨਸਬੰਦੀ ਕਰ ਚੁੱਕੇ ਹਾਂ, ਲੇਕਿਨ ਲੁਧਿਆਣੇ ਸ਼ਹਿਰ ਦੇ ਵਿੱਚ ਪੋਪੂਲੇਸ਼ਨ ਡੋਗਸ ਦੀ ਇੰਨੀ ਜ਼ਿਆਦਾ ਹੈ ਅਤੇ ਇਸ ਕਰਕੇ ਉਸ ਪ੍ਰੋਜੈਕਟ 'ਚ ਸਾਡੇ ਹਲੇ ਬਹੁਤ ਟਾਈਮ ਲੱਗੇਗਾ। ਲੁਧਿਆਣਾ ਸੇ ਜਾਗਰਤੀ ਲਹਿਰ ਕੇ ਲੀਏ ਵਿਪਨ ਜਵਾਹਰ ਕੀ ਰਿਪੋਰਟ।